बिस्मिल्लाहिर्रहमानिर्रहीम। अस्सलाम वालेकुम सब दोस्तों को। मैं तो कहता हूँ ठीक हो गए, मैं भी अल्लाह का शुक्र है ठीक हूँ। आज जी कहे आया इस मकाम से गया, ईद वाले दिन मैंने छुट्टी नहीं मिली हैगी, क्योंकि उन्होंने मान आने होंगे ने, इस करके मैं छुट्टी नहीं मिली सी। सुबह तक गया हुआ, हूँ आया कि बच्चे है मेरा सवेर का इंतजार कर करके ना, तो थक गए ने कपड़े वो पा के ना सवेर दे फिरते ने। साडा पापा आएगा चल जाएगा, ਆਕੜੇ ਇਹਨਾਂ ਨੂੰ ਈਦ ਮੈਂ ਦੇਖ ਗਿਆ ਸੀ, ਉਹ ਵੀ ਉਸ ਤਰ੍ਹਾਂ ਫਿਰਦੀ ਲਈ ਫਿਰਦੇ ਨੇ। ਚੀਜ਼ ਨਹੀਂ ਗਏ ਸੀ ਹੈਂ ਲੈਣਾ ਜੀ, ਦੋਵਾਂ ਨੇ ਜੁੱਤੀਆਂ ਵੀ ਨਵੀਆਂ ਪਾ ਲਈਆਂ ਅਤੇ ਸੂਟ ਵੀ। ਤੁਹਾਡੀ ਤਾਂ ਈਦ ਹੋਊਗੀ ਹੈਂ, ਮੇਰੀ ਤਾਂ ਕੰਮ ਵਿੱਚ ਈਦ ਹੀ ਲੱਗੀ ਹੈ। ਉਹ ਸਹਿਨ ਕਿਹੜਾ ਹੈਗਾ, ਉਹ ਵੀ ਪਿਆ ਹੋਇਆ। ਹਾਂ ਨਸੀਮ ਨੇ ਅੱਜ ਕੱਪੜੇ ਨਵੇਂ ਪਾਏ ਸੀ ਨਾ, ਮੈਂ ਪਾਏ ਨੇ, ਕੱਲ੍ਹ ਪਾਵਾਂਗੇ। ਕੱਲ੍ਹ ਪਿੰਡ ਜਾਣਾ ਹੈਗਾ ਨਾ, ਪਿੰਡ ਜਾਣ ਲੱਗਿਆ ਕੱਪੜੇ ਨਵੇਂ ਪਾ ਕੇ ਜਾਵਾਂਗੇ। ਕਿਹੜੀਆਂ ਚੀਜ਼ਾਂ ਮੈਂ ਉੱਥੋਂ ਲੈਂਦੀਆਂ ਸੀ, ਉਹ ਨਸੀਮ ਕੜੀ ਹੈਗੀ ਕੱਢਦੀ ਵੀ ਹੈਗੀ ਆ, ਮੈਂ ਖੀਰ ਉੱਥੋਂ ਲੈਂਦੀ ਸੀ, ਖੀਰ ਉਹਨਾਂ ਨੂੰ ਪਾ ਕੇ ਦੇਣ ਲੱਗੀ ਖਾ ਲੈਣ। ਇਹ ਖੀਰ ਅਤੇ ਚਾਵਲ ਅਤੇ ਨਾਨ ਅਤੇ ਉਹ ਸਾਲਣੀ ਛੱਪਰ ਵਿੱਚ ਹੈਗਾ। ਮਿੱਠੀ ਈਦ ਬੱਚਿਆਂ ਦੀ ਹੁੰਦੀ, ਬੱਚਿਆਂ ਨੇ ਕੱਪੜੇ ਪਾ ਲੈਣ ਤੇ ਹੀ ਪਾ ਲਏ, ਇਸ ਕਰਕੇ ਪਾਈ ਨਹੀਂ। ਹੁਸੈਨ ਤੂੰ ਵੀ ਖਾਣੀ ਖੀਰ ਖਾਣੀ, ਉਹ ਸਾਲਣ ਨੂੰ ਪੈ ਗਿਆ, ਬਹੁਤ ਸ਼ਰਾਰਤੀ ਹੋਇਆ ਪਿਆ। ਛੋਟੀ ਜਿਹੀ ਫੈਮਲੀ ਹੈਗੀ ਮੇਰੀ, ਮੇਰੀ ਸਪੋਰਟ ਕਰੋ, ਮੇਰਾ ਵਾਜ ਪੂਰਾ ਹੋਏ, ਕਿਉਂਕਿ ਤੁਹਾਡੀ ਮਿਹਨਤ ਕਰਨਾ ਹੈਗਾ, ਮਿਹਨਤ ਹੀ ਕਰਨਾ ਗਰੀਬ ਬੰਦਾ ਹੈਗਾ। ਚਲੋ ਤੁਹਾਡੀ ਸਪੋਰਟ ਨਾਲ ਮੇਰਾ ਵਾਜ ਟਾਈਮ ਪੂਰਾ ਹੋਏਗਾ, ਅਤੇ ਤੁਸੀਂ ਨਾ ਮੇਰੀ ਸਪੋਰਟ ਨਹੀਂ ਕਰ ਰਹੇ ਜੀ, ਤੁਸੀਂ ਮੇਰੀ ਵੀਡੀਓ ਨੂੰ ਪਸੰਦ ਨਹੀਂ ਕਰ ਰਹੇ ਜੀ, ਤੁਹਾਨੂੰ ਪਸੰਦ ਕਰਨੀ ਪੈ ਗਈ ਤਾਂ ਕਿ